ਕਿ ਉਹਦੇ ਪਾਸੇ ਧਿਆਨ ਕਰਤਾ ਆਪਣਾ, ਕਿਹਦੇ ਮਗਰ ਪੈ ਗਿਆ ਸੀ? ਹਾਂਜੀ, ਆਪਾਂ ਦੁਬਾਰੇ ਵਾਪਸ ਉਸ ਗੱਲ 'ਤੇ ਆਉਂਦੇ ਹਾਂ। ਮੈਂ ਵੀ ਆਪਣਾ ਗਾਣਾ ਆਉਣਾ ਸੀਗਾ ਕੱਲ੍ਹ, ਉਹ ਕੁਛ ਨਹੀਂ ਬਈ ਹੋਇਆ ਕੁਛ ਨਹੀਂ, ਉਹ ਆਪਣਾ ਸ਼ੇਰਾ ਮਗਰ ਪੈ ਗਿਆ ਸੀ ਕਿਸੇ 'ਤੇ। ਹੁਣੀ ਰਿਪੋਰਟ ਤੁਹਾਡੀ, ਆਈ ਲਵ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਮੈਂ ਵੀਰੇ ਗਾਣਾ ਆਉਣਾ ਸੀਗਾ ਆਪਣਾ ਕੱਲ੍ਹ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ, ਆਈ ਡੋਂਟ ਗਿਵ ਅ ਫੱਕ, ਉਹ ਕੱਲ੍ਹ ਯਾਰ ਡਿਲੇਅ ਹੋ ਗਿਆ, ਠੀਕ ਹੈ। ਅੱਜ ਫਿਰ ਅਸੀਂ 12 ਵਜੇ ਛੱਡਣਾ ਸੀ, 12 ਵਜੇ ਵੀ ਸੁੱਖ ਨੇ ਡਿਲੇਅ ਕਰਤਾ, ਠੀਕ ਹੈ। ਅਤੇ ਹੁਣ 6 ਵਜੇ ਆ ਰਿਹਾ ਸ਼ਾਮੀ, ਹੈ ਨਾ, ਸਾਰੇ ਦੇਖ ਲਿਓ ਅਤੇ ਸੁਣ ਲਿਓ, ਠੀਕ ਹੈ। 295 ਗਾਣੇ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵੀਰੇ, ਥੈਂਕ ਯੂ ਵੈਰੀ ਮੱਚ। ਬਹੁਤ ਪਹਿਲਾਂ ਰਿਲੀਜ਼ ਹੋਣਾ ਸੀ ਗਾਣਾ ਉਹ, ਪਰ ਕਿਸੇ ਨਾ ਕਿਸੇ ਰੀਜ਼ਨਾਂ ਕਰਕੇ ਉਹ ਰਿਲੀਜ਼ ਨਹੀਂ ਹੋ ਪਾਇਆ। ਸੋ ਵਧੀਆ ਹੋਇਆ ਅਸੀਂ ਐਲਬਮ ਕਰਤੀ ਅਤੇ ਐਲਬਮ 'ਚ ਰਿਲੀਜ਼ ਹੋ ਗਿਆ। ਤੁਹਾਨੂੰ ਸਾਰਿਆਂ, ਤੁਸੀਂ ਸਾਰਿਆਂ ਨੇ ਇੰਨਾ ਐਪਰੀਸ਼ੀਏਟ ਕੀਤਾ, ਹੈ ਨਾ, ਅਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਯਾਰ, ਹੈ ਨਾ, ਇੰਨੇ ਲੋਕਾਂ ਨੇ ਮੈਸੇਜ ਆਏ, ਚਾਹੁਣ ਵਾਲਿਆਂ ਨੇ ਪਿਆਰ ਦਿੱਤਾ, ਹੈ ਨਾ, ਅਤੇ ਜਿਨ੍ਹਾਂ ਨੇ ਮਾੜਾ ਮੋਟਾ ਆਲੋਚਕ ਸੀ ਆਲੋਚਨਾ ਕੀਤੀ, ਚਲੋ ਉਹ ਵੀ ਜ਼ਰੂਰੀ ਹੈ, ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਹੈ ਨਾ। ਅਤੇ ਅੱਜ ਗਾਣਾ ਆਉਣਾ ਵੀਰੇ, ਆਈ ਡੋਂਟ ਗਿਵ ਅ ਫੱਕ, 6 ਵਜੇ ਸ਼ਾਮੀ। ਕੋਈ ਵੀ ਚੀਜ਼ ਦਾ ਡਾਰਲਿੰਗ, ਹਰੇਕ ਚੀਜ਼ 'ਤੇ ਮਿਹਨਤ ਹੁੰਦੀ ਹੈ ਨਾ। ਹੁਣ ਆਪਾਂ ਸੋਚੀਏ ਵੀ ਪਹਿਲਾਂ ਵਾਲੀਆਂ ਚੀਜ਼ਾਂ ਕਰ ਜਾਈਏ, ਹੁਣ ਕਈ ਬੰਦੇ ਕਹਿੰਦੇ ਨੇ ਕੋਈ ਵੀ, ਚਾਹੇ ਉਹਨਾਂ ਨੇ ਸੁਣਿਆ ਚਾਹੇ ਨਾ ਸੁਣਿਆ, ਉਹਨਾਂ ਨੇ ਕਹਿਣਾ ਨਹੀਂ ਯਾਰ ਪਹਿਲਾਂ ਵਾਲਾ ਵਧੀਆ ਸੀ, ਆਹ ਘੱਟ ਵਧੀਆ, ਉਹ ਯਾਰ ਪਹਿਲਾਂ ਵਾਲਾ ਤੁਸੀਂ ਸੁਣ ਲਿਆ, ਜਿਹੜਾ ਨਵਾਂ ਵਾਲਾ ਇਹਨੂੰ ਸੁਣ ਲਓ, ਚੰਗਾ ਲੱਗਿਆ ਸੁਣ ਲਓ, ਨਹੀਂ ਚੰਗਾ ਲੱਗਿਆ ਡਿਸਲਾਈਕ ਕਰਕੇ ਨਿਕਲ ਜਾਓ, ਹੈ ਨਾ। ਸੋ ਕੋਈ ਵੀ ਚੀਜ਼ ਅਜਿਹਾ ਨਾ ਇੰਜੋਏ ਕਰਿਆ ਕਰੋ, ਕਿਸੇ ਚੀਜ਼ ਨੂੰ ਐਡਾ ਦਿਲ 'ਤੇ ਲੈਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਹੈਗੀਆਂ। ਅਤੇ ਹਰੇਕ ਗਾਣਾ, ਪੁਰਾਣਾ ਤਾਂ ਪੁਰਾਣੀ ਚੀਜ਼ ਹੀ ਹੋ ਗਈ, ਪੁਰਾਣਾ ਤੁਸੀਂ ਸੁਣ ਲਿਆ, ਹੁਣ ਨਵਾਂ ਆ ਗਿਆ ਨਵਾਂ ਸੁਣ ਲਓ, ਠੀਕ ਹੈ। ਨਵਾਂ ਨਵਾਂ ਹੁੰਦਾ, ਪੁਰਾਣਾ ਪੁਰਾਣਾ ਹੁੰਦਾ, ਹੈ ਨਾ, ਐਵੇਂ ਕੰਪੈਰੀਜ਼ਨ ਜੇ ਨਾ ਮਾਰਿਆ ਕਰੋ ਬੇਫਾਲਤੂ ਦੇ, ਹੈ ਨਾ। ਸੋ ਚੰਗਾ ਲੱਗਦਾ ਹੁੰਦਾ ਵਧੀਆ ਕਹਿ ਰਿਹਾ ਕਰੋ, ਨਹੀਂ ਚੰਗਾ ਲੱਗਦਾ ਹੁੰਦਾ ਘੱਟ ਕੇ, ਹੈ ਨਾ। ਇੱਕ ਡਿਵਾਈਨ ਨਾਲ ਕਲੈਬ ਕਰੋ ਬਈ, ਸਾਰਾ ਕੁਛ ਆਉਣਾ ਹਜੇ, ਬਹੁਤ ਚੀਜ਼ਾਂ ਆਉਣੀਆਂ ਹਜੇ। ਐਲਬਮ ਕੰਪਲੀਟ ਕਰਦੀ ਹੈ, ਐਲਬਮ ਆਪਣੀ ਬਹੁਤ ਲੰਬੀ ਚੱਲ ਗਈ, 2-3 ਹਜੇ ਆਹ ਸਾਰੇ ਗਾਣੇ ਹੁਣ ਠਾਠਾ ਕਰਕੇ ਅਸੀਂ ਸਾਰੇ ਪਾ ਦੇਣੇ ਨੇ ਗਾਣੇ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ, ਉਹ ਵੀ ਕਰ ਦਿਆਂਗੇ ਆਪਾਂ, ਸਾਰਾ ਕੋਈ ਇਸ਼ੂ ਵਾਲੀ ਗੱਲ ਨਹੀਂ। ਰੋਮਾ ਇਜ਼ ਦਾ ਬੈਸਟ ਸੌਂਗ, ਤੁਹਾਡਾ ਸਾਰਿਆਂ ਤੋਂ ਫੇਵਰੇਟ ਗਾਣਾ ਕਿਹੜਾ ਬ੍ਰੋ, ਮੈਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ। ਹੋ ਸਕਦਾ ਸੀ ਉਹਦੀ ਵੀਡੀਓ ਕਰਦੀ ਹੈ, ਹੈ ਨਾ, 1 ਜਾਂ 2 ਗਾਣਿਆਂ ਦੀਆਂ ਵੀਡੀਓ ਕਰਨੀਆਂ ਨੇ, ਉਹਨੇ ਨਹੀਂ ਪਤਾ ਵੀ ਕਿਹੜਿਆਂ ਦੀਆਂ ਕਰਨੀਆਂ, ਸੋ ਮੈਨੂੰ ਆਪ ਤਾਂ, ਮੈਂ ਤਾਂ ਕਨਫਿਊਜ਼ ਹਾਂ, ਜਿਹੜੀ ਤੁਹਾਨੂੰ ਸਹੀ ਲੱਗਦਾ ਤਾਂ ਅਸੀਂ ਉਹ ਵੀਡੀਓ ਕਰ ਦਿਆਂਗੇ ਜਿਵੇਂ ਵੀ ਤੁਸੀਂ ਕਹੋਗੇ, ਹੈ ਨਾ। ਅਤੇ ਬਾਕੀ ਬਹੁਤ ਥੈਂਕ ਯੂ ਯਾਰ ਸਾਰਿਆਂ ਦਾ, ਤੁਸੀਂ ਮਾੜੇ ਚੰਗੇ ਟਾਈਮ 'ਚ ਮੇਰੇ ਨਾਲ ਇੰਨਾ ਪਿਆਰ ਦਿੱਤਾ, ਸਾਥ ਦਿੱਤਾ, ਹੈ ਨਾ। ਹੁਣ 295 ਗਾਣਾ ਸੀ ਵੀਰੋ, ਕੁਛ ਕਰਤੀ ਯਾਰ ਤੁਸੀਂ ਸਾਰਿਆਂ ਨੇ, ਹੈ ਨਾ, ਇੰਨਾ ਸਾਰੇ ਵੀ ਕਈ ਚੀਜ਼ਾਂ ਹੁੰਦੀਆਂ ਜਾਂ ਉਹਨਾਂ ਨੂੰ ਆਪਾਂ ਬੋਲ ਕੇ ਨਹੀਂ ਕਰਵਾ ਸਕਦੇ ਹੁੰਦੇ, ਜਾਂ ਆਪਾਂ ਕਿਸੇ ਨੂੰ ਕਹਿ ਕੇ ਵੀ ਯਾਰ ਆਹ ਕਰੋ ਆਹ ਕਰੋ। ਸੋ ਬਸ ਮੈਂ ਤਾਂ ਤੁਹਾਨੂੰ ਥੈਂਕ ਯੂ ਹੀ ਕਰ ਸਕਦਾ, ਹੈ ਨਾ। ਅਤੇ ਬਾਕੀ ਮੇਰਾ ਸੁਭਾਅ ਨਹੀਂ ਹੈਗਾ ਡਾਰਲਿੰਗ ਵੀ ਆਵਾਜ਼ ਬੜੀ ਲਾਈਵ ਹੋ ਕੇ, ਹੈ ਨਾ, ਮੈਂ ਕਿਸੇ ਬਾਰੇ ਬੋਲਾਂ ਜਾਂ, ਹੈ ਨਾ, ਮੈਨੂੰ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਬਾਰੇ ਨੈਗੇਟਿਵਿਟੀ ਕ੍ਰੀਏਟ ਕਰੀਏ। ਲੋਕ ਪਤਾ ਨਹੀਂ ਕਿਉਂ ਇਹੋ ਜਿਹੇ ਕੰਮ ਕਰਦੇ ਨੇ, ਮੈਂ 2-3 ਭਰਾਵਾਂ ਨੇ ਮੇਰਿਆਂ ਨੇ ਵੀ ਪੋਸਟਾਂ ਪਾਈਆਂ ਨੇ, ਹੈ ਨਾ। ਹੁਣ ਉਹ ਇੱਕ ਬੰਦਾ ਕਹਿ ਰਿਹਾ ਸਿਸਟਮ ਇੱਦਾਂ ਉੱਦਾਂ ਕਰ ਲਓ, ਚਲੋ ਇਹੋ ਜਿਹੀਆਂ ਵੀ ਫਿਰ ਦਿਲ ਨਹੀਂ ਕਰਦਾ ਹੁੰਦਾ ਵੀ ਇਹਨਾਂ ਬਾਰੇ ਬੋਲਿਆ ਵੀ ਜਾਵੇ, ਕਿਉਂਕਿ ਇਹ ਚੀਜ਼ਾਂ ਇਹ ਚਾਹੁੰਦੇ ਹੁੰਦੇ ਨੇ ਆਪਣੇ ਤੋਂ ਵੀ ਆਪਾਂ ਬੋਲੀਏ ਇਹਨਾਂ ਬਾਰੇ, ਹੈ ਨਾ। ਪਰ ਹਰੇਕ ਬੰਦੇ ਦਾ ਪ੍ਰੋਫੈਸ਼ਨ ਹੈ ਜਾਣ, ਹਰੇਕ ਬੰਦਾ ਕਲਾਕਾਰ ਕਿਹੜਾ ਉੱਤੋਂ ਡਿੱਗੇ ਹੁੰਦੇ, ਕਲਾਕਾਰ ਵੀ ਇੱਥੇ ਬਣ ਕੇ ਜਾਂਦੇ, ਹੈ ਨਾ, ਠੀਕ ਹੈ ਨਾ। ਸੋ ਇਹੋ ਜਿਹੇ ਬੰਦੇ ਪੁਆਇੰਟਲੈਸ ਹੁੰਦੇ, ਏਮਲੈਸ ਹੁੰਦੇ ਜ਼ਿੰਦਗੀ ਦੇ ਵਿੱਚ, ਇਹਨਾਂ ਕੋਲ ਕਰਨ ਕਰਾਉਣ ਨੂੰ ਨਹੀਂ ਹੁੰਦਾ, ਧਿਆਨ ਨਾ ਦਿਆ ਕਰੋ ਜਾਣ। ਮੈਨੂੰ ਵੀ ਕੱਲ੍ਹ ਬਸ ਉਹ ਤੱਤੇ ਘਾਓ 'ਚ ਹੋ ਗਿਆ, ਬਸ ਮੈਥੋਂ ਲਿਖਿਆ ਗਿਆ ਵੀ ਰਿਹਾ ਨਹੀਂ ਹੈ, ਕਿਉਂਕਿ ਜਦੋਂ ਕੋਈ ਆਪ ਤੋਂ ਯਾਨੀ ਕਿ ਜਿਹਦਾ ਕੰਪੈਰੀਜ਼ਨ ਵੀ ਨਹੀਂ ਨਾ ਹੁੰਦਾ, ਉਹ ਬੰਦਾ ਜਦੋਂ ਬੋਲਦਾ ਉਦੋਂ ਬੰਦੇ ਨੂੰ ਖਿੱਚ ਚੜ੍ਹਦੀ ਹੈ ਵੀ ਬੰਦਾ ਯਾਰ ਕੀ ਆ ਰਿਹਾ, ਹੈ ਨਾ, ਵੀ ਤੈਨੂੰ
ਤਿੰਨਾਂ 'ਚੋਂ ਨਾ, ਤੇਰਾਂ 'ਚੋਂ ਨਾ, ਪਲੇਰਾਂ 'ਚੋਂ ਨਾ, ਸਪੇਰਾਂ 'ਚੋਂ, ਫਿਰ ਬੰਦਾ ਥੋੜ੍ਹਾ ਜਿਹਾ ਹੁੰਦਾ ਵੀ ਛੱਡ ਯਾਰ ਭਰਾ ਹੈ ਨਾ, ਵੀ ਕੀ ਪੱਤੇ ਘਾਹ 'ਚ ਆਪਾਂ ਬੋਲ ਜਾਂਦੇ ਹਾਂ, ਪਰ ਇਹੋ ਜਿਹੇ ਬੰਦਿਆਂ ਨੂੰ ਇਗਨੋਰ ਕਰਿਆ ਕਰੋ, ਇਹੀ ਚੀਜ਼ ਹੀ ਚਾਹੁੰਦੇ ਨੇ, ਹੈ ਨਾ। ਅਸੀਂ ਵੀ ਕਈ ਵਾਰੀ ਗਲਤੀ ਨਾਲ ਟੈਨਸ਼ਨ ਦੇ ਦਿੰਦੇ ਹਾਂ ਵੀ ਐਂ ਕਰਕੇ ਬੋਲਦੇ ਹਾਂ, ਹੈ ਨਾ। ਸੋ ਕਈ ਬੰਦੇ ਨੇ ਸਾਡੇ ਕਲਾਕਾਰ ਭਾਈਚਾਰੇ 'ਚ, ਗਿੱਪੀ ਭਾਈ ਸਾਰੇ ਅੱਜ ਬੋਲੀ ਜਾਂਦੇ, ਹੈ ਨਾ, ਸਾਰੇ ਸਾਰਿਆਂ ਨੂੰ ਬੁਰਾ ਲੱਗਦਾ ਯਾਰ ਸਾਰੇ, ਹੈ ਨਾ। ਕਿਸੇ ਦੇ ਪ੍ਰੋਫੈਸ਼ਨ ਨੂੰ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਤੁਸੀਂ ਨਾ ਕਿਸੇ ਨੂੰ ਕਹੋ, ਠੀਕ ਹੈ। ਜੇ ਕਹਿਣ ਨੂੰ ਤਾਂ ਸੁਣਨ ਦੀ ਹਿੰਮਤ ਰੱਖੋ, ਬਸ ਇਹੀ ਚੀਜ਼ ਹੁੰਦੀ ਹੈ। ਸੋ ਇਹ ਚੀਜ਼ਾਂ ਚੱਲੀ ਜਾਂਦੀਆਂ ਰਹਿੰਦੀਆਂ ਨੇ, ਅਤੇ ਇਹਨਾਂ 'ਤੇ ਇੰਨਾ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ, ਕਿਉਂਕਿ ਇਹ ਚੀਜ਼ਾਂ ਇਹ ਕਰਦੀ ਤਾਂ ਨੇ ਟੈਨਸ਼ਨ ਵਾਸਤੇ। ਅਤੇ ਬਾਕੀ ਹੋਰ ਦੱਸੋ, ਤੁਸੀਂ ਠੀਕ ਠਾਕ ਹੋ ਸਾਰੇ? ਲਵ ਯੂ ਜਾਨ, ਲਵ ਯੂ ਟੂ ਵੀਰੇ। ਦਿਲ ਦਿਲ ਦਿਕਸ਼ੂ, ਅੱਛਾ ਜੀ। ਨਾਈ ਵਾਲੇ ਭਾਈ ਟੇਢੇ ਮੇਢੇ ਆਉਣ ਲੱਗ ਗਏ ਅੱਜ ਕੱਲ੍ਹ, ਨਾਈ ਪੜ੍ਹਦੇ ਉਹਦੇ। ਅਮਰ ਮਹਿਰਾ, ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ ਭਾਅ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਠੀਕ ਹੈ ਜਾਨੀ ਜੀ, ਠੀਕ ਹੈ, ਥੈਂਕ ਯੂ ਸਿੱਧੂ ਭਾਅ ਜੀ। ਹੈਲੋ, ਹਾਂਜੀ, ਹੈਲੋ ਹੈਲੋ ਹੈਲੋ। ਕੋਈ ਕਿਸੇ ਦਾ ਕੁਸ਼ਚਨ ਹੋਵੇ ਵੀਰੇ ਮੈਨੂੰ ਪੁੱਛ ਲਿਓ, ਕਿਉਂਕਿ ਫਿਰ ਮੈਂ ਸਵਿਚ ਇਹਨੂੰ ਕਰ ਦੂੰਗਾ। ਮੈਂ ਪਬਜੀ ਲਾਈਵ ਸਟ੍ਰੀਮ ਕਰ ਦਿਆ ਕਰੋ, ਪਬਜੀ ਵੀਰੇ ਮੈਂ ਖੇਡੀ ਵੀ ਨਹੀਂ ਕਰੇ, ਲੋਕਾਂ ਦੀ ਪਰਵਾਹ ਨਾ ਕਰੋ। ਮੈਂ ਬਿਲ ਹੋ ਜਾਂਦੀ ਹੈ ਭਰਾਵਾ, ਜਦੋਂ ਆਪਾਂ ਦਿਲੋਂ ਚੰਗੇ ਹੁੰਦੇ ਹਾਂ, ਸਾਫ਼ ਹੁੰਦੇ ਹਾਂ, ਸਾਰਿਆਂ ਦੀ ਪਰਵਾਹ ਹੋ ਜਾਂਦੀ ਹੈ, ਕਿਉਂਕਿ ਆਪਾਂ ਨੂੰ ਕਦੇ ਇਹ ਕਦੇ ਆਪਾਂ ਜੇ ਤਾਂ ਆਪਾਂ ਕਿਸੇ ਨੂੰ ਬੁਰਾ ਭਲਾ ਕਰੇ ਕਿਹਾ ਹੋਵੇ ਤਾਂ ਪਹਿਲਾਂ ਕਿਹਾ ਹੋਵੇ ਤਾਂ ਆਪਾਂ, ਜਦੋਂ ਆਪਾਂ ਨੂੰ ਕੋਈ ਆਣ ਆਈ ਕੋਈ ਬੰਦਾ ਪੰਗੇ ਲੈਣ ਲੱਗ ਗਿਆ, ਤਾਂ ਉਦੋਂ ਤਾਂ ਹੁੰਦਾ ਵੀ ਇਹ ਯਾਰ ਨਜ਼ਾਇਜ਼, ਹੈ ਨਾ। ਬਾਈ ਮਿਲਣ ਦਾ ਕਦੋਂ ਆ ਸਕਦੇ ਹਾਂ ਵੀਰੇ? ਹਜੇ 2 ਮਹੀਨੇ ਕੋਈ ਨਾ ਹੋ ਵੀਰੇ, ਹੈ ਨਾ। ਹਾਂ ਉਸਤਾਦ ਜੀ, ਮੰਜੀ ਠੋਕੀ ਕਿਉਂ ਨਹੀਂ? ਉਹ ਨਹੀਂ, ਮੰਜੀ ਠੋਕਣ ਨੂੰ ਰੱਬ ਬੈਠਾ, ਜਾਣ ਕਿੰਨੇ ਕੁ ਨਹੀਂ ਠੋਕੀ ਜਾਵਾਂਗੇ। ਮੰਜੀ ਇੱਕ ਅਤੇ ਠੋਕਣ ਵਾਲੀ ਵਾਲਿਆਂ ਦੀ ਹੈ। ਚਲੋ ਵੀਰੇ, ਡੈਡ ਹਰ ਡਾਈ ਹਰਡ ਫੈਨ, ਥੈਂਕ ਯੂ। ਦਿੱਲੀ ਆ ਜਾ, ਦਿੱਲੀ ਵੀ ਆਵਾਂਗੇ ਵੀਰੇ। ਵੀਰੇ ਸੌਂਗ ਵੀਰੇ 6 ਵਜੇ ਸ਼ਾਮੀ, 2 ਘੰਟੇ ਰਹਿ ਗਏ। ਅਤੇ ਪੱਗ ਵਾਲਾ ਡਰੇਕ, ਪਤਾ ਇੱਕ ਗੱਲ, ਇੱਕ ਚੀਜ਼ ਮੈਂ ਹੋਰ ਸੋਚਦਾ ਸੀਗਾ ਵੀ ਜਿਵੇਂ ਜਾਣ ਪੈਸਾ ਹੋ ਗਿਆ, ਸ਼ੋਹਰਤ ਹੋ ਗਈ, ਹੈ ਨਾ, ਕਿਸੇ ਬੰਦੇ ਕੋਲ ਨਹੀਂ ਰਹਿੰਦੀ, ਮੈਨੂੰ ਵੀ ਪਤਾ ਹੈ ਮੇਰੇ ਕੋਲ ਵੀ ਨਹੀਂ ਰਹਿਣੀ, ਹੈ ਨਾ। ਹਰੇਕ ਬੰਦੇ ਕੋਲ ਆਉਂਦੀ ਹੈ ਅਤੇ ਹਰੇਕ ਬੰਦੇ ਤੋਂ ਟਰੈਵਲ ਹੋ ਕੇ ਜਾਂਦੀ ਹੈ, ਠੀਕ ਹੈ। ਪਰ ਇਹ ਜਿਹੜਾ ਕੋਈ ਚੰਗਾ ਹੁੰਦਾ, ਜਿਹੜੀ ਕਿਸਮਤ ਚੰਗੀ ਹੁੰਦੀ ਹੈ, ਉਹਨੂੰ ਉਹਦੇ ਸੋਰਸ ਬਣਾ ਕੇ ਲੰਘ ਜਾਂਦੀ ਹੈ। ਜਿਹੜੇ ਬੰਦੇ ਨੇ ਉਹਨੂੰ ਸੋਰਸ ਸਾਂਭੇ ਨਹੀਂ ਹੁੰਦੇ, ਉਹ ਰੈਸਟ ਆਫ ਲਾਈਫ ਉਹ ਭੁੱਖਾ ਮਰਦਾ। ਪਰ ਇਸ ਚੀਜ਼ ਦਾ ਯਾਨੀ ਕਿ ਪੈਸਾ ਦੇਣ ਵਾਲਾ ਜਾਂ ਸ਼ੋਹਰਤ ਦੇਣ ਵਾਲਾ ਜਾਂ ਕੋਈ ਵੀ ਆਪਣੇ ਕੋਲ ਸੋਰਸ ਦੇਣ ਵਾਲਾ, ਉਹ ਵਾਹਿਗੁਰੂ ਹੈ। ਪਤਾ ਨਹੀਂ ਦੁਨੀਆ ਕਿਉਂ ਭੁੱਲ ਜਾਂਦੀ ਹੈ, ਹੈ ਨਾ, ਵੀ ਕੀ ਸਿਸਟਮ ਹੈ, ਹੈ ਨਾ। ਨਾਲੇ ਪੈਸਾ ਹੋਣਾ ਸਾਰੀ ਸਾਰਾ ਕੁਛ ਥੋੜ੍ਹੀ ਹੁੰਦਾ ਜਾਨ ਪੈਸਾ, ਹੈ ਨਾ। ਮੈਂ ਕਈ ਬੰਦੇ ਇਹ ਵੀ ਦੇਖਿਆ ਵੀ ਜਿਹੜੇ ਮਲੇਨੀਅਰ ਹੁੰਦੇ ਨੇ ਵੀ ਉਹਨਾਂ ਨੂੰ ਗੁਆਂਢੀ ਵੀ ਨਹੀਂ ਜਾਣਦਾ ਹੁੰਦਾ ਉਹਦਾ। ਸੋ ਕੁਛ ਵੀ ਪਰਮਾਤਮਾ ਨੇ ਦਿੱਤਾ ਯਾਰ, ਉਹਦਾ ਹੰਕਾਰ ਜਾਂ ਕੁਛ ਕਰਨੀ ਮੈਨੂੰ ਨਹੀਂ ਲੱਗਦਾ ਕੋਈ ਚੰਗੀ ਗੱਲ ਹੈ। ਸਾਰਿਆਂ ਦੇ ਹਰੇਕ ਬੰਦੇ ਕੋਲ ਆਪਣਾ ਇੱਕ ਗੁਣ ਹੈ, ਆਪਣਾ ਅੰਦਾਜ਼ ਹੈ, ਉਹ ਜਿਵੇਂ ਜ਼ਿੰਦਗੀ ਜਿਉਂਦਾ ਉਹਨੂੰ ਜਿਉਣ ਦਿਓ, ਹੈ ਨਾ। ਤੁਹਾਨੂੰ ਕੁਛ ਕਹਿ ਰਿਹਾ, ਹੈ ਨਾ। ਬਾਕੀ ਕੋਈ ਵੀ ਬੰਦਾ ਆਪਣਾ, ਮੈਂ ਤਾਂ ਪਤਾ ਇਸ ਹਿਸਾਬ ਕਿਤਾਬ ਨਾਲ ਵੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਸੇ ਬੰਦੇ ਨੂੰ ਵੀ। ਆਪਾਂ ਆਪਦੇ ਟੌਰ ਨਾਲ ਜਿਉਂ ਯਾਰ, ਜੋ ਚੰਗਾ ਲੱਗਦਾ ਤੁਸੀਂ ਕਰੋ। ਅਤੇ ਆਈ ਡੋਂਟ ਗਿਵ ਅ ਫੱਕ ਹੈ, ਨਵਾਂ ਮਿਊਜ਼ਿਕ ਹੈ, ਸਾਰਾ ਕੁਛ ਨਵਾਂ ਅਤੇ ਘੈਂਟ ਗਾਣਾ, ਠੀਕ ਹੈ। ਸੁਣ ਲਿਓ, ਚੰਗਾ ਲੱਗਿਆ ਸੁਣ ਲਿਓ, ਨਹੀਂ ਚੰਗਾ ਲੱਗਿਆ ਡਿਸਲਾਈਕ ਕਰਕੇ, ਹੈ ਨਾ। ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਰੇ ਸਿਆਣੇ ਹੋ। ਸੋ ਸੁਣ ਲਓ, 6 ਵਜੇ ਗਾਣਾ ਆਉਣਾ ਵੀਰੇ। ਅਤੇ ਆਹ ਘਟੀਆ ਜੇ ਕੰਪੈਰੀਜ਼ਨ, ਆਹ 2-3 ਫੇਕ ਜਿਹੜੀਆਂ ਹੁੰਦੀਆਂ ਨੇ ਉਹ ਆਉਣੀਆਂ ਹੁੰਦੀਆਂ ਨੇ ਵਿੱਚ ਵਿੱਚ ਕਰਨ, ਉਹਨਾਂ ਨੇ ਹਰੇਕ ਗਾਣੇ ਦਾ ਉਹ ਗਾਣਾ ਸੁਣਿਆ ਚਾਹੇ ਨਾ ਸੁਣਿਆ,
ਨਹੀਂ ਯਾਰ ਗੱਲ ਨਹੀਂ ਬਣੀ ਯਾਰ, ਪੁਰਾਣਾ ਵਧੀਆ ਸੀ ਉਹ, ਜਦ ਕਿ ਕਈ ਗਾਣੇ ਤਾਂ ਇਹੋ ਜਿਹੇ ਸੀ ਜਿਹੜੇ ਪੁਰਾਣੇ ਆਏ ਨਹੀਂ ਸੀ। ਸੋ ਇਹੋ ਜਿਹਾ ਪਿੱਛੇ ਲੱਗ ਕੇ, ਠੀਕ ਹੈ, ਚੰਗਾ ਲੱਗਿਆ ਸੁਣ ਲਓ, ਨਹੀਂ ਚੰਗਾ ਲੱਗਿਆ ਕਾਟੀ ਮਾਰ ਕੇ ਅੱਗੇ ਲੰਘੇ। ਠੀਕ ਹੈ ਬਾਈ, ਅੱਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ, ਆਪਣਾ ਖਿਆਲ ਰੱਖਿਓ ਮੇਰਾ ਵੀਰੇ।